ਉਹਨ ਕੁਝ ਗੱਲਾਂ ਨੇ ਜਿਹੜੀਆਂ ਆਪਣੇ ਨਾਲ ਸੰਬੰਧਿਤ ਰੱਖਦੀਆਂ ਨੇ ਕਰੋਨਾ ਤੋਂ ਇਲਾਵਾ ਇੱਕ ਤਾਂ ਹੈ ਜੀ ਸਰਕਾਰ ਨੇ ਇੱਕ ਸਾਡੇ ਐਗਰੀਕਲਚਰ ਦੇ ਵਿੱਚ ਖੇਤੀਬਾੜੀ ਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਹਾਂ ਬਿਲਕੁਲ ਅਸੀਂ ਨਹੀਂ ਹੈ ਕਰਨ ਦੇਖੋ ਆਰਤੀਆਂ ਦਾ ਔਰ ਕਿਸਾਨਾਂ ਦੀ ਬੜਾ ਇੱਕ ਰਿਸ਼ਤਾ ਹੈ ਉਹ ਰਿਸ਼ਤਾ ਕਾਇਮ ਰੱਖਣਾ ਹੈ ਸਾਡੇ ਐਮਐਸਪੀ ਜਿਹੜੀ ਜੀ ਨੇ ਇਸ ਦੇਸ਼ ਨੂੰ ਬਚਾਇਆ ਇੱਕ ਸਮੇਂ ਹੁੰਦਾ ਸੀ ਜਦੋਂ ਅਸੀਂ ਭੀਖ ਮੰਗਦੇ ਸੀ ਅਮਰੀਕਾ ਤੋਂ ਔਰ ਪੀਐਲ 480 ਇੱਕ ਫੰਡ ਸੀ ਉਹ ਸਾਨੂੰ ਉਥੋਂ ਉਧਾਰਾ ਦਿੰਦੇ ਸੀ ਔਰ ਉਹ ਪੈਸੇ ਜਮਾ ਕਰਕੇ ਉਹ ਰੇ ਪਤਾ ਨਹੀਂ ਕਿਸ ਕੰਮ ਵਾਸਤੇ ਇਸਤੇਮਾਲ ਕਰਦੇ ਸੀ ਅਮਰੀਕਨ ਔਰ ਫਿਰ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਮੀਆਂ ਨਮੀ ਛੋਣੇ ਕਟੇ ਨਮੀ ਚਾਰੀ ਕਣਕਾਂ ਕਟੀਆਂ ਔਰ ਉਹਦੇ ਨਾਲ ਸਾਡੀ ਆਪਣੀ ਪੈਦਾਵਾਰ ਹੋਣ ਲੱਗੀ ਔਰ ਇਹ ਛੋਟਾ ਜਿਹਾ ਪੰਜਾਬ 2.5 ਫੀਸਦੀ ਧਰਤੀ ਇਨੇ ਦੇਸ਼ ਨੂੰ ਬਚਾਇਆ ਔਰ ਇਹ ਅੰਨ ਦਾ ਭੰਡਾਰ ਪਰਤੇ ਸਾਰੇ ਔਰ ਹੁਣ ਉਹ ਜਿਹੜੀ ਐਮਐਸਪੀ ਲੇਨਰਗੇਸੇ ਉਹ ਵੀ ਬੰਦ ਕਰਨ ਦੀ ਗੱਲਾ ਕਰ ਰਹੇ ਨੇ ਤੋ ਇਹ ਗੱਲਾ ਅਸੀਂ ਇਸ ਤਰ੍ਹਾਂ ਸ਼ਕਤੀ ਨਾਲ ਇਸ ਦੀ ਨਿਪਟਾਵਾਂਗੇ ਅਸੀਂ ਕਾਨੂੰਨੀ ਵਾਸਤਾ ਵੀ ਕਰਾਂਗੇ ਔਰ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਾਂਗਾ ਕਿ ਇਹ ਪੰਜਾਬ ਦੇ ਨਾਲ ਇਹ ਗੱਲ ਠੀਕ ਨਹੀਂ ਉਹ ਵੀ ਰਹੇ ਨੇ ਮੁੱਖ ਮੰਤਰੀ ਤਿੰਨ ਵਾਰ ਰਹੇ ਨੇ ਉੱਥੇ ਗੁਜਰਾਤ ਦੇ ਵਿੱਚ ਔਰ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਕਿਸਾਨਾਂ ਦਾ ਕੀ ਦੀ ਸੋਚ ਕੀ ਔਰ ਕਿਸਾਨ ਕਿਵੇਂ ਕਿਸਾਨੀ ਕਰਦੇ ਨੇ ਉੱਥੇ ਵੀ ਕਿਸਾਨੀ ਹੁੰਦੀ ਹੈ ਲੇਕਿਨ ਸਾਡੀ ਤਾਂ ਕਿਸਾਨੀ ਨੇ ਤਾਂ ਦੇਸ਼ ਨੂੰ ਬਚਾਇਆ ਹੈ ਔਰ 60 ਸਾਲ ਤੋਂ ਇਹ ਕੰਮ ਚੱਲਦਾ ਰਿਹਾ ਹੁਣ ਬਦਲਣ ਦਾ ਮਤਲਬ ਕੀ ਹੈ ਦੱਸ ਮੈਨੂੰ ਕੋਈ ਮਤਲਬ ਨਹੀਂ ਹੁਣ ਜਿਹੜੀ ਕਣਕ ਦੀ ਵੜਾਈ ਹੋਈ ਹੈ ਇੱਕ ਰਿਕਾਰਡ ਹੈ ਪੰਜਾਬ ਵਾਸਤੇ ਲੋਕ ਕਹਿੰਦੇ ਨੇ ਪਿਛਲੇ ਸਾਲ ਨਾਲੋਂ ਘਟ ਹੈ ਲੇਕਿਨ ਪਿਛਲੇ ਸਾਲ ਨਾਲੋਂ ਇਸ ਲਈ ਘਟ ਹੈ ਕਿ ਕਣਕ ਜਿਹੜੀ ਰਾਜਸਥਾਨ ਤੋਂ ਜਾਂ ਹਰਿਆਣੇ ਤੋਂ ਆ ਕੇ ਸਾਡੇ ਮੰਡੀਆਂ ਤੇ ਵਿਕਦੀ ਸੀ ਉਹ ਟਰੱਕ ਨਹੀਂ ਆਏ ਲੇਕਿਨ ਜੋ ਸਾਡੀ ਪੈਦਾਵਾਰ ਹੋਈ ਹੈ ਪਿਛਲੇ ਸਾਲ ਔਰ ਐਤ ਕੀ ਆਪਣੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ ਤੋ ਇਹ ਸਾਡੀ ਹਿੰਮਤ ਹੈ ਔਰ ਅਸੀਂ ਜੇ ਕਿਸਾਨਾਂ ਵਾਸਤੇ 24000 ਕਰੋੜ ਤਾਂ ਆ ਚੁੱਕਿਆ ਉਹਨਾਂ ਦੇ ਵਾਸਤੇ ਉਹਨਾਂ ਦੀ ਵਾਹਿਗੁਰੂ ਕਿਰਪਾ ਹੋਈ ਹੈ ਉਹ ਆਪਣੇ ਪਰਿਵਾਰਾਂ ਨੂੰ ਸੰਭਣ ਲੇਕਿਨ ਦੇਸ਼ ਦੇ ਅੰਨ ਦੇ ਭੰਡਾਰ ਭਰੇ ਨੇ ਪੰਜਾਬ ਨੇ ਔਰ ਇਹ ਇੱਥੇ ਅਸੀਂ ਇਹ ਜਿਹੇ ਹਾਲਾਤ ਨਹੀਂ ਦੇਖਣਾ ਚਾਹੁੰਦੇ ਜਿਵੇਂ ਪਹਿਲਾਂ ਹੁੰਦੇ ਸੀ ਜੋ ਅਮਰੀਕਨਾਂ ਤੋਂ ਉਧਾਰੇ ਸਾਨੂੰ ਲੈਣਾ ਚਾਹੁੰਦੇ ਸੀ ਤੋ ਜਿਹੜਾ ਕੰਮ ਪੰਜਾਬ ਕਰ ਰਿਹਾ ਹੈ ਉਹਦੇ ਵਿੱਚ ਵਿਗਨ ਪੌਂਡ ਦਾ ਫਾਇਦਾ ਕੀ ਹੈ ਇਹ ਮੈਨੂੰ ਸੈਂਟਰ ਦੀ ਸਰਕਾਰ ਦੀ ਕੋਈ ਸਮਝ ਨਹੀਂ ਆਉਂਦੀ ਕਿ ਕਿਉਂ ਤੁਸੀਂ ਕਰ ਰਹੇ ਹੋ ਤਾਂ ਇਹ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਅਸੀਂ ਇਹਦੀ ਜ਼ਰੂਰ ਪ੍ਰਾਈਮ ਮਿੰਿਸਟਰ ਨੂੰ ਮਿਲੂਗਾ ਔਰ ਮੈਂ ਜ਼ਰੂਰ ਇਹਨੂੰ ਅਸੀਂ ਸਖਤੀ ਨਾਲ ਜ਼ਰੂਰ ਇਹਦਾ ਨਿਪਟਾਂਗੇ ਇਸ ਨੂੰ